ਲਵਪ੍ਰੀਤ ਵੱਲੋਂ ਕਿਹਾ ਜਾ ਰਿਹਾ ਤੁਹਾਡੇ ਤੁਸੀਂ ਕਹਿ ਰਹੇ ਹੋ ਵੀ ਤੁਹਾਨੂੰ ਜਸਪ੍ਰੀਤ ਸਿੰਘ ਦੇ ਬਾਰੇ ਪਾਸਟ ਬਾਰੇ ਜਾਂ ਜਦੋਂ ਜੁਰਮ ਦੀ ਦੁਨੀਆ 'ਚ ਉਹਦਾ ਕ੍ਰਾਈਮ 'ਚ ਹੈ ਕ੍ਰਾਈਮ ਵਰਡ 'ਚ ਇਨਵੋਲਵ ਹੈ ਉਹਦੇ ਬਾਰੇ ਪਤਾ ਨਹੀਂ ਸੀਗਾ ਗੱਲ ਸਹੀ ਹੈ ਵਿਆਹ ਵੇਲੇ ਮਤਲਬ ਬੜਾ ਵਧੀਆ ਸੀਗਾ ਬਹੁਤ ਸੋਹਣਾ ਸੁਭਾਅ ਸੀਗਾ ਐਵੇਂ ਕਹਾਂ ਸ਼ਕਲ ਸੂਰਤ ਤੋਂ ਵੀ ਬਹੁਤ ਵਧੀਆ ਸੀ ਪਰ ਇਹ ਸਾਨੂੰ ਉਹਦੀ ਬੈਕਗਰਾਊਂਡ ਬਾਰੇ ਬਿਲਕੁਲ ਪਤਾ ਨਹੀਂ ਸੀਗਾ ਅਸੀਂ ਤਾਂ ਬਸ ਇੱਕ ਗੁਰਸਿੱਖ ਦੇਖ ਕੇ ਵਿਆਹ ਕਰਤਾ ਲਵਪ੍ਰੀਤ ਕੌਰ ਨੂੰ ਪੁਲਿਸ ਨੇ ਚੱਕਿਆ ਘਰ ਆਏ ਸੀ ਉਦੋਂ ਤੁਸੀਂ ਉੱਥੇ ਸੀਗੇ ਲਵਪ੍ਰੀਤ ਘਰ ਆਈ ਹੋਈ ਸੀ ਇੱਕ ਦਿਨ ਪਹਿਲਾਂ ਦੂਸਰੇ ਦਿਨ ਬਸ 12:30 ਰਾਤ ਨੂੰ ਦਰਵਾਜ਼ਾ ਖੜ ਕੇ ਦਰਵਾਜ਼ਾ ਖੋਲ੍ਹਿਆ ਪੁਲਿਸ ਵਾਲੇ ਤਕਰੀਬਨ 15 ਕੁ ਬੰਦੇ ਸੀਗੇ 2-3 ਗੱਡੀਆਂ ਸੀ ਦਿਨ ਉਹ ਇੱਥੇ ਕਚਹਿਰੀ ਲੈ ਕੇ ਆਏ ਸੀ ਪੁਲਿਸ ਵਾਲੇ ਰਿਮਾਂਡ ਵਾਸਤੇ ਉਦੋਂ ਤੁਹਾਡੀ ਲਵਪ੍ਰੀਤ ਨਾਲ ਗੱਲ ਹੋਈ ਉਦੋਂ ਉਹਨੇ ਕੀ ਗੱਲਬਾਤ ਕੀਤੀ ਤੁਹਾਡੇ ਨਾਲ ਹਾਂਜੀ ਉਦੋਂ ਉਹਨੇ ਰੋਂਦੀ ਹੋਈ ਨੇ ਮੈਨੂੰ ਬਹੁਤ ਰੋਈ ਦੇਖ ਕੇ ਮੈਨੂੰ ਕਹਿੰਦੀ ਮੰਮੀ ਮੈਨੂੰ ਬਹੁਤ ਟੋਰਚਰ ਕਰਿਆ ਬਸ ਥੋੜ੍ਹਾ ਚਿਰ ਗੱਲ ਹੋਈ ਵੀ ਮੈਂ ਉਹਨੂੰ ਇਹੀ ਕਿਹਾ ਵੀ ਤੂੰ ਘਬਰਾ ਨਾ ਕੋਈ ਨਾ ਵੀਰ ਜੀ ਉਹ ਨਹੀਂ ਹੈਗੇ ਆਪਾਂ ਸਾਰਾ ਕੁਛ ਠੀਕ ਹੋ ਜਾਣਾ ਪਰ ਸਾਡੇ ਨਾਲ ਬਹੁਤ ਧੱਕਾ ਹੋ ਰਿਹਾ ਇਨਸਾਫ਼ ਚਾਹੀਦਾ ਸਾਨੂੰ ਬਿਨਾਂ ਮਤਲਬ ਤਾਂ ਸਾਨੂੰ ਜੋ ਇੰਨਾ ਟੋਰਚਰ ਕਰ ਰਹੇ ਨੇ ਤੇ ਉਹ ਡੈਡੀ ਉਹਦੇ ਉਹ ਬਿਮਾਰ ਪਏ ਨੇ ਦਾਦੀ ਜੀ ਉਹ ਬਿਮਾਰ ਨੇ ਉਸ ਦਿਨ ਦੇ ਮਾਤਾ ਜੀ ਸਤਿ ਸ਼੍ਰੀ ਅਕਾਲ ਲਵਪ੍ਰੀਤ ਵੱਲੋਂ ਕਿਹਾ ਜਾ ਰਿਹਾ ਤੁਹਾਡੇ ਤੁਸੀਂ ਕਹਿ ਰਹੇ ਹੋ ਵੀ ਤੁਹਾਨੂੰ ਜਸਪ੍ਰੀਤ ਸਿੰਘ ਦੇ ਬਾਰੇ ਪਾਸਟ ਬਾਰੇ ਜਾਂ ਜਦੋਂ ਜੁਰਮ ਦੀ ਦੁਨੀਆ 'ਚ ਉਹਦਾ ਕ੍ਰਾਈਮ 'ਚ ਹੈ ਕ੍ਰਾਈਮ ਵਰਡ 'ਚ ਇਨਵੋਲਵ ਹੈ ਉਹਦੇ ਬਾਰੇ ਪਤਾ ਨਹੀਂ ਸੀਗਾ ਗੱਲ ਸਹੀ ਹੈ ਹਾਂਜੀ ਵੀਰ ਜੀ ਜਦੋਂ ਉਹਦਾ ਵਿਆਹ ਹੋਇਆ 1 ਮਈ ਨੂੰ ਹੋਇਆ 2020 ਨੂੰ ਵਿਆਹ ਵੇਲੇ ਮਤਲਬ ਬੜਾ ਵਧੀਆ ਸੀਗਾ ਬਹੁਤ ਸੋਹਣਾ ਸੁਭਾਅ ਸੀਗਾ ਐਵੇਂ ਕਹਾਂ ਸ਼ਕਲ ਸੂਰਤ ਤੋਂ ਵੀ ਬਹੁਤ ਵਧੀਆ ਸੀ ਪਰ ਇਹ ਸਾਨੂੰ ਉਹਦੀ ਬੈਕਗਰਾਊਂਡ ਬਾਰੇ ਬਿਲਕੁਲ ਪਤਾ ਨਹੀਂ ਸੀਗਾ ਅਸੀਂ ਤਾਂ ਬਸ ਇੱਕ ਗੁਰਸਿੱਖ ਦੇਖ ਕੇ ਵਿਆਹ ਕਰਤਾ ਪਤਾ ਕਰਾਉਣ ਦੀ ਕੋਸ਼ਿਸ਼ ਕੀਤੀ ਨਹੀਂ ਜੀ ਅਸੀਂ ਪਤਾ ਕਰਾਉਣ ਦੀ ਕੋਸ਼ਿਸ਼ ਵੀ ਨਹੀਂ ਕਰੀ ਹੈਗੀ ਜਦੋਂ ਲਵਪ੍ਰੀਤ ਕੌਰ ਨੂੰ ਪੁਲਿਸ ਨੇ ਚੱਕਿਆ ਘਰ ਆਏ ਸੀ ਉਦੋਂ ਤੁਸੀਂ ਉੱਥੇ ਸੀਗੇ ਹਾਂਜੀ ਲਵਪ੍ਰੀਤ ਘਰ ਆਈ ਹੋਈ ਸੀ ਇੱਕ ਦਿਨ ਪਹਿਲਾਂ ਦੂਸਰੇ ਦਿਨ ਬਸ 12:30 ਰਾਤ ਨੂੰ ਦਰਵਾਜ਼ਾ ਖੜ ਕੇ ਦਰਵਾਜ਼ਾ ਖੋਲ੍ਹਿਆ ਪੁਲਿਸ ਵਾਲੇ ਤਕਰੀਬਨ 15 ਕੁ ਬੰਦੇ ਸੀਗੇ 2-3 ਗੱਡੀਆਂ ਸੀ ਚਲੋ ਆਏ ਸਾਰਿਆਂ ਦੇ ਨਾਮ ਨੂੰ ਲਿਖੇ ਲਿਖ ਕੇ ਮੁੜ ਕੇ ਫਿਰ ਇਹ ਲਵਪ੍ਰੀਤ ਨੂੰ ਕਹਿੰਦੇ ਵੀ ਚਲੋ ਤੁਸੀਂ ਨਾਲ ਮੈਨੂੰ ਕਹਿੰਦੇ ਵੀ ਬੀਬੀ ਤੁਹਾਨੂੰ ਗੁੱਡੀ ਨੂੰ ਲੈ ਕੇ ਚੱਲੇ ਹਾਂ ਅਸੀਂ 4 ਵਜੇ ਨੂੰ ਤੇਰੇ ਕੋਲ ਵਾਪਸ ਲਿਆਵਾਂਗੇ ਮੈਂ ਦਰਵਾਜ਼ਾ ਖੋਲ੍ਹੀ ਰੱਖਿਆ ਵੀ ਚੱਲ ਹੁਣ ਵੀ ਆਏ ਹੁਣ ਵੀ ਆਏ ਪਰ ਉਹਨਾਂ ਦੇ 4 ਅੱਜ ਵੱਜਦੇ ਨੇ ਹੁਣ ਤੱਕ ਉਹਦਾ ਕੋਈ ਪਤਾ ਨਹੀਂ ਲੱਗਿਆ 4-5 ਦਿਨ ਸਾਨੂੰ ਕੋਈ ਪਤਾ ਨਹੀਂ ਲੱਗਿਆ ਫਿਰ 19 ਨੂੰ ਵੀਰ ਜੀ ਉਹਨਾਂ ਨਾਲ ਸੰਪਰਕ ਹੋਇਆ ਤਾਂ ਇਹਨਾਂ ਨੇ ਫਿਰ ਇਹਦੀ ਪੇਸ਼ 4-5 ਦਿਨ ਤੁਸੀਂ ਫੋਨ ਕੀਤੇ ਉਹਨਾਂ ਨੂੰ ਕੋਈ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਪੁੱਛਿਆ ਨਹੀਂ ਵੀ ਤੁਸੀਂ ਕਿੱਥੋਂ ਆਏ ਆ ਸਾਨੂੰ ਐਂ ਸੀ ਅਸੀਂ ਦੇਖ ਕੇ ਸਾਰਾ ਪਰਿਵਾਰ ਘਬਰਾ ਗਿਆ ਕਿਉਂਕਿ ਅਸੀਂ ਇਹ ਕੰਮਾਂ 'ਚ ਹੈ ਨਹੀਂ ਨਾ ਪੁਲਿਸ ਦੇ ਚੱਕਰ 'ਚ ਕਿਸੇ ਪਾਸੇ ਨੂੰ ਵੀ ਪਰ ਉਹਨਾਂ ਨੂੰ ਸਾਤੋਂ ਪੁੱਛ ਵੀ ਨਹੀਂ ਹੋਇਆ ਵੀ ਤੁਸੀਂ ਕਿੱਥੋਂ ਆਏ ਆ ਤੁਹਾਡੇ ਕੋਲ ਕੋਈ ਹੈ ਇਹਦਾ ਡਾਕੂਮੈਂਟ ਵੀ ਹਾਂ ਲੈ ਕੇ ਜਾਣਾ ਤੁਸੀਂ ਕੁਛ ਨਹੀਂ ਅਸੀਂ ਪੁੱਛ ਹੋਇਆ ਬਸ ਉਹ ਲੈ ਗਏ ਸਾਨੂੰ ਐਸੀ ਵੀ ਹੁਣ ਛੱਡ ਜਾਣਾ ਭੋਲੇ ਭਾਲੇ ਅਸੀਂ ਵੀ ਤੋਰਤੀ ਵੀ ਚੱਲ ਜਾ ਜਿਸ ਦਿਨ ਉਹ ਇੱਥੇ ਕਚਹਿਰੀ ਲੈ ਕੇ ਆਏ ਸੀ ਪੁਲਿਸ ਵਾਲੇ ਰਿਮਾਂਡ ਵਾਸਤੇ ਉਦੋਂ ਤੁਹਾਡੀ ਲਵਪ੍ਰੀਤ ਨਾਲ ਗੱਲ ਹੋਈ ਉਦੋਂ ਉਹਨੇ ਕੀ ਗੱਲਬਾਤ ਕੀਤੀ ਤੁਹਾਡੇ ਨਾਲ ਹਾਂਜੀ ਉਦੋਂ ਉਹਨੇ ਰੋਂਦੀ ਹੋਈ ਨੇ ਮੈਨੂੰ ਬਹੁਤ ਰੋਈ ਦੇਖ ਕੇ ਮੈਨੂੰ ਕਹਿੰਦੀ ਮੰਮੀ ਮੈਨੂੰ ਬਹੁਤ ਟੋਰਚਰ ਕਰਿਆ ਬਸ ਥੋੜ੍ਹਾ ਚਿਰ ਗੱਲ ਹੋਈ ਹੈ ਜੀ ਵੀ ਮੈਂ ਉਹਨੂੰ ਇਹੀ ਕਿਹਾ ਵੀ ਤੂੰ ਘਬਰਾ ਨਾ ਕੋਈ ਨਾ ਵੀਰ ਜੀ ਉਹ ਨਹੀਂ ਹੈਗੇ ਆਪਾਂ ਸਾਰਾ ਕੁਛ ਠੀਕ ਹੋ ਜਾਣਾ ਪਰ ਸਾਡੇ ਨਾਲ ਬਹੁਤ ਧੱਕਾ ਹੋ ਰਿਹਾ ਇਨਸਾਫ਼ ਚਾਹੀਦਾ ਸਾਨੂੰ ਬਿਨਾਂ ਮਤਲਬ ਤਾਂ ਸਾਨੂੰ ਜੋ ਇੰਨਾ ਟੋਰਚਰ ਕਰ ਰਹੇ ਨੇ ਤੇ ਉਹ ਡੈਡੀ ਉਹਦੇ ਉਹ ਬਿਮਾਰ ਪਏ ਨੇ ਦਾਦੀ ਜੀ ਉਹ ਬਿਮਾਰ ਨੇ ਉਸ ਦਿਨ ਦੇ ਜਿੱਦਣ ਉਹਨਾਂ ਨੂੰ ਲੈ ਕੇ ਗਏ ਉਸ ਤੋਂ ਬਾਅਦ ਤੁਸੀਂ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਸੀਗਾ ਮੋਹਾਲੀ ਪੁਲਿਸ ਨਾਲ ਜਾਂ ਕਿਸੇ ਵੀ ਪੁਲਿਸ ਨਾਲ ਵੀ ਐਂ ਸਾਡੇ ਨਾਲ ਹੋਇਆ ਵੀ ਐਂ ਸਾਡੀ ਕੁੜੀ ਨੂੰ ਲੈ ਗਏ ਅਤੇ ਕਿਸੇ ਨੂੰ ਗੱਲਬਾਤ ਕੀਤੀ ਪ੍ਰਸ਼ਾਸਨ ਨਾਲ ਕੋਈ ਲੋਕਲ ਲੀਡਰ ਨਾਲ ਪੋਲੀਟੀਕਲ ਨਾਲ ਕਿਸੇ ਨਾਲ ਨਹੀਂ ਜੀ ਅਸੀਂ ਨਹੀਂ ਕਿਸੇ ਨਾਲ ਕਰੇ ਸਾਨੂੰ ਆਇਆ ਸੀ ਵੀ ਚੱਲ ਕੁਛ ਪਤਾ ਲੱਗ ਜਾਏ ਕੁਛ ਮਾਹੌਲ ਬਹੁਤ ਗਰਮ ਸੀਗਾ ਪੁਲਿਸ ਫਿਰਦੀ ਸੀ ਅਸੀਂ ਫਿਰ ਥੋੜ੍ਹਾ ਖਰੜ ਪਤਾ ਕਰਨ ਲੱਗੇ ਤਾਂ ਬਹੁਤ ਜ਼ਿਆਦਾ ਇੱਥੇ ਪੁਲਿਸ ਖੜੀ ਸੀ ਸੀ ਇਹ ਸਟਾਫ ਕੋਲ ਵੀ ਸਾਨੂੰ ਸੀ ਐਸਟੀਮੇਟ ਸ਼ਾਇਦ ਵੀ ਇਹੀ ਲੈ ਕੇ ਗਏ ਹੋਣੇ ਖਰੜ ਵਾਲੇ 2 ਵਾਰ ਸਾਡੇ ਪਹਿਲਾਂ ਘਰੇ ਵੀ ਮਤਲਬ ਸਿਵਲ ਵਰਦੀ ਦੇ ਵਿੱਚ ਇਹ ਜਾ ਕੇ ਇਹ ਕਰਕੇ ਆਏ ਹਾਂ ਇਨਕੁਆਇਰੀ ਹਾਂਜੀ ਉਹ ਕਦੋਂ ਹੋਈ ਸੀਗੀ ਉਹ ਆਹੀ ਬਸ ਪਿਛਲੇ 15 ਕੁ ਦਿਨਾਂ ਦੇ ਵਿੱਚ ਵਿੱਚ ਨਾ ਮਹੀਨਾ ਤਾਂ ਹੁਣ ਉਹਨੂੰ ਲਵਪ੍ਰੀਤ ਨੂੰ ਅੱਜ 29 ਦਿਨ ਹੋ ਗਏ ਉਸ ਤੋਂ ਪਹਿਲਾਂ ਹੋ ਗਏ ਹਾਂਜੀ ਪੁੱਛ ਗਏ ਸੀਗੇ ਉਹਨਾਂ ਨੇ ਕੋਈ ਉਹ ਨਹੀਂ ਕਿਹਾ ਵੀ ਬਸ ਕੀ ਕਰਦੇ ਕਿਵੇਂ ਕਿਵੇਂ ਕਦੇ ਲਵਪ੍ਰੀਤ ਨੇ ਤੁਹਾਡੇ ਨਾਲ ਕਦੇ ਵੀ ਜ਼ਿਕਰ ਕੀਤਾ ਹੋਵੇ ਵੀ ਜਸਪ੍ਰੀਤ ਦੇ ਲਿੰਕ ਬਾਰੇ ਜਾਂ ਜੁਰਮ ਦੀ ਦੁਨੀਆ ਨਾਲ ਉਹਦੇ ਤਾਲੁਕਾਤ ਨੇ ਜਾਂ ਕ੍ਰਾਈਮ ਵਰਲਡ 'ਚ ਹੈਗਾ ਕਿਵੇਂ ਪੁਲਿਸ ਉਹਦੇ 'ਤੇ ਐਲੀਗੇਸ਼ਨ ਲਾ ਰਹੀ ਹੈ ਵੀ ਉਹ ਆਮ ਜ਼ੂਮ ਦੀ ਸਮਗਲਿੰਗ ਕਰਦਾ ਸੀ ਜਾਂ ਡਰੱਗਸ ਦੀ ਸਮਗਲਿੰਗ ਕਰਦਾ ਸੀ ਇਹੋ ਜਿਹੀ ਕਦੇ ਵੀ ਕੋਈ ਗੱਲ ਉਹਨੇ ਤੁਹਾਡਾ ਜ਼ਿਕਰ ਕੀਤਾ ਨਹੀਂ ਜੀ ਉਹਨੇ ਸਾਡੇ ਕੋਲ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਕਿਉਂਕਿ ਉਹਨੂੰ ਐਸ ਵੀ ਮੰਮੀ ਡੈਡੀ ਦਾ ਦਿਲ ਹੈ ਨਹੀਂਗਾ ਇਹਨਾਂ ਦਾ ਵੀ ਜੇ ਇਹਨਾਂ ਨੂੰ ਮਾੜਾ ਮੋਟਾ ਵੀ ਪਤਾ ਲੱਗ ਗਿਆ ਤਾਂ ਇਹਨਾਂ ਨੇ ਟੈਨਸ਼ਨ ਲੈ ਜਾਣੀ ਹੈ ਉਹਨੇ ਬਿਲਕੁਲ ਨਹੀਂ ਕੋਈ ਗੱਲ ਕਰੀ ਸਗੋਂ ਐਂ ਕਹਿੰਦੀ ਸੀ ਮੰਮੀ ਬਹੁਤ ਵਧੀਆ ਬਹੁਤ ਵਧੀਆ ਤੇ ਤੰਗ ਪਰੇਸ਼ਾਨ ਦੀ ਗੱਲ ਆਈ ਹੋਵੇ ਨਹੀਂ ਜੀ